ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੱਧੂ ਨੂੰ ਖੁੱਲੀ ਚੁਣੌਤੀ 2022 ਵਿੱਚ ਨਵਜੋਤ ਸਿੱਧੂ ਨੂੰ ਹਰਾਉਣ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਨਵਜੋਤ ਸਿੱਧੂ ਦੀ ਅਗਵਾਹੀ ਦੇ ਵਿੱਚ ਕਾਂਗਰਸ ਲੜੀ ਤਾਂ 10 ਸੀਟਾਂ ਜਿੱਤਣੀਆਂ ਵੀ ਵੱਡੀ ਗੱਲ ਏ ਸਾਥ ਸ੍ਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਦੀਆਂ ਗੱਲਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਨੇ ਪਰ ਮੌਜੂਦਾ ਸਮੇਂ ਦੀ ਜੇਕਰ ਗੱਲ ਕਰਗੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਖੁੱਲੀ ਚੁਣੌਤੀ ਟਵਿੱਟਰ ਦੇ ਉੱਪਰ ਦੇ ਦਿੱਤੀ ਆ ਉਹਨਾਂ ਆਖਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ 2022 ਦੇ ਵਿੱਚ ਖੜੇ ਹੁੰਦੇ ਨੇ ਤਾਂ ਮੈਂ ਉਹਨਾਂ ਦੇ ਖਿਲਾਫ ਇੱਕ ਤਕੜਾ ਉਮੀਦਵਾਰ ਜਿਹੜਾ ਆ ਖੜਾ ਕਰਾਂਗਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੇ ਲਈ ਮੈਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਆ ਉਹਨਾਂ ਆਖਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਅਗਵਾਹੀ ਦੇ ਵਿੱਚ ਕਾਂਗਰਸ 2022 ਦੀ ਚੋਣ ਲੜਦੀ ਏ ਤਾਂ 10 ਸੀਟਾਂ ਤੱਕ ਪਹੁੰਚਣਾ ਵੀ ਬੜੀ ਵੱਡੀ ਗੱਲ ਆ ਉਹਨਾਂ ਅੱਗੇ ਆਖਿਆ ਕਿ ਮੈਂ ਰਾਜਨੀਤੀ ਛੱਡਣ ਨੂੰ ਤਿਆਰ ਸੀ ਪਰ ਜਿੱਤ ਕੇ ਹਾਰ ਕੇ ਨਹੀਂ ਉਹਨਾਂ ਅੱਗੇ ਆਖਿਆ ਕਿ ਮੈਂ 3 3 ਹਫ਼ਤੇ ਪਹਿਲਾਂ ਸੋਨੀਆ ਗਾਂਧੀ ਹੋਰਾਂ ਨੂੰ ਅਸਤੀਫੇ ਦੀ ਪੇਸ਼ਕਸ਼ ਜ਼ਰੂਰ ਕੀਤੀ ਸੀ ਪਰ ਉਹਨਾਂ ਮੈਨੂੰ ਆਖਿਆ ਕਿ ਤੁਸੀਂ ਜਾਰੀ ਰੱਖੋ ਕੈਪਟਨ ਅਮਰਿੰਦਰ ਸਿੰਘ ਅੱਗੇ ਆਖਦੇ ਨੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਮੇਰੇ ਬੱਚਿਆਂ ਵਰਗੇ ਨੇ ਪਰ ਇਹ ਇਸ ਤਰ੍ਹਾਂ ਖਤਮ ਨਹੀਂ ਸੀ ਹੋਣਾ ਚਾਹੀਦਾ ਮੈਨੂੰ ਦੁੱਖ ਲੱਗਾ ਅਸਲੀਅਤ ਆ ਇਹ ਹੈ ਕਿ ਗਾਂਧੀ ਭੈਣਪਰਾ ਤਜਰਬੇਕਰ ਨਹੀਂ ਅਤੇ ਉਹਨਾਂ ਦੇ ਸਲਾਹਕਰ ਉਹਨਾਂ ਤੱਕ ਗਲਤ ਇਨਫੋਰਮੇਸ਼ਨ ਜਿਹੜੇ ਆ ਉਹ ਪਹੁੰਚਾਉਂਦੇ ਆਏ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ਆਖਦੇ ਨੇ ਕਿ ਸਿੱਧੂ ਨੇ ਮੇਰੇ ਉੱਪਰ ਬਾਦਲ ਪਰਿਵਾਰ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਕੋਈ ਐਕਸ਼ਨ ਨਾ ਲੈਣ ਦੇ ਅਲਜ਼ਾਮ ਲਗਾਏ ਸਨ ਪਰ ਹੁਣ ਸਿੱਧੂ ਸੱਤਾ ਦੇ ਵਿੱਚ ਹਨ ਅਤੇ ਜੇ ਉਹ ਚਾਉਣ ਤਾਂ ਅਕਾਲੀ ਦਲ ਦੇ ਲੀਡਰਾਂ ਨੂੰ ਜੇਲ੍ਹ ਦੇ ਪਿੱਛੇ ਸੁੱਟ ਸਕਦੇ ਹਨ ਉਹਨਾਂ ਅੱਗੇ ਆਖਿਆ ਕਿ ਮੈਂ ਆਪਣੇ ਮਨਿਸਟਰਾਂ ਨੂੰ ਜਾਤ ਪਾਤ ਦੇ ਆਧਾਰ ਤੇ ਨਹੀਂ ਬਲਕਿ ਉਹਨਾਂ ਉਹਨਾਂ ਦੀ ਪ੍ਰਭਾਵਸ਼ੀਲਤਾ ਦੇ ਆਧਾਰ ਤੇ ਉਹਨਾਂ ਨੂੰ ਨਿਯੁਕਤ ਕਰਦਾ ਸੀ ਪੁਨਾਂ ਅੱਗੇ ਆਖਿਆ ਕਿ ਮਾਈਨਿੰਗ ਮਾਫੀਆ ਦੇ ਨਾਲ ਜੁੜੇ ਹੋਏ ਲੀਡਰ ਨਵੀਂ ਕਾਂਗਰਸ ਦੇ ਵਿੱਚ ਸ਼ਾਮਿਲ ਹਨ ਉਹਨਾਂ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਸੁਪਰ ਸੀਐਮ ਦੀ ਤਰ੍ਹਾਂ ਬਿਹੇਵ ਕਰਦੇ ਨੇ ਤਾਂ ਪੰਜਾਬ ਕਾਂਗਰਸ ਆਪਣਾ ਕੰਮ ਨਹੀਂ ਕਰ पाएगी ਅਤੇ ਇਸ ਲੀਡਰਸ਼ਿਪ ਦੇ ਵਿੱਚ ਜੇਕਰ 2022 ਦੇ ਵਿੱਚ ਕਾਂਗਰਸ ਚੋਣਾ ਲੜਦੀ ਏ ਤਾਂ ਕਾਂਗਰਸ 10 ਸੀਟਾਂ ਦਾ ਅੰਕੜਾ ਵੀ ਨਹੀਂ ਛੂਪਾਏਗੀ ਉਹਨਾਂ ਨੇ ਆਖ ਦਿੱਤਾ ਕਿ ਜੇਕਰ 10 ਸੀਟਾਂ ਦਾ ਅੰਕੜਾ ਵੀ ਕਾਂਗਰਸ ਛੂ ਲੈਂਦੀ ਆ ਤਾਂ ਕਾਂਗਰਸ ਦੇ ਲਈ ਇਹ ਬੜੀ ਵੱਡੀ ਗੱਲ ਹੋਵੇਗੀ ਇੱਥੇ ਵੀ ਦੱਸਦੇ ਚੱਲੀਏ ਕਿ ਇਹ ਟਵੀਟ ਜਿਹੜੇ ਨੇ ਰਿਵੀਲ ਠਕਰਾਲ ਹੋਣਾ ਹੋਰਾਂ ਦੇ ਟਵਿੱਟਰ ਹੈਂਡਲ ਤੋਂ ਕੀਤੇ ਜਾਂਦੇ ਨੇ ਅਤੇ ਟਵਿੱਟਰ ਟਵੀਟ ਦੀ ਜੇਕਰ ਗੱਲ ਕਰੀਏ ਤਾਂ ਇੱਕ ਇੱਕ ਮਿੰਟ ਦੇ ਗੈਪ ਦੇ ਹਿਸਾਬ ਨਾਲ ਇਹ ਟਵੀਟ ਟੜਾ ਤੜ ਹੋਏ ਨੇ ਇਹਨਾਂ ਟਵੀਟਾਂ ਨੇ ਕਿਤੇ ਨਾ ਕਿਤੇ ਇਹ ਚੀਜ਼ ਸਾਬਤ ਕਰ ਦਿੱਤੀ ਏ ਤੇ ਕਾਂਗਰਸ ਦੇ ਅੰਦਰਲਾ ਖਮਸਾਨ ਜਿਹੜਾ ਹੁਣ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਚੁੱਕਿਆ ਏ ਇਹਨਾਂ ਟਵੀਟ ਦੇ ਜਵਾਬ ਦੇ ਵਿੱਚ ਪੰਜਾਬ ਕਾਂਗਰਸ ਦਾ ਜਵਾਬ ਕੀ ਆਉਂਦਾ ਏ ਜਾਂ ਫਿਰ ਇਦਾਂ ਕਹਿ ਲਈਏ ਕਿ ਸੋਨੀਆ ਗਾਂਧੀ ਹੋਰਾਂ ਦਾ ਜਵਾਬ ਕੀ ਆਉਂਦਾ ਏ ਜਾਂ ਫਿਰ ਇਹ ਕਹਿ ਲਈਏ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਵਾਬ ਇਹਨਾਂ ਟਵੀਟ ਦੇ ਜਵਾਬ ਦੇ ਵਿੱਚ ਕੀ ਆਉਂਦਾ ਏ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਹੁਣ ਇਹ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਆ ਖੁੱਲੀ ਚੇਤਾਵਨੀ ਦੇ ਦਿੱਤੀ ਆ ਇਹ ਚੇਤਾਵਨੀ ਸ਼ਾਇਦ ਪੰਜਾਬ ਕਾਂਗਰਸ ਦੇ ਲਈ ਕਿਤੇ ਨਾ ਕਿਤੇ ਵੱਡੀ ਮੁਸ਼ਕਲ ਖੜੀ ਕਰ ਸਕਦੀ ਆ